ਇਹ ਸਭ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਹੈਰਾਨ ਹੋ ਜਾਈਦਾ ਕੋਈ ਲੀਡਰ ਰੁੱਖ ਖਾ ਗਿਆ ਕੋਈ ਰੁੱਖਾਂ ਦੇ ਆਲੇ ਦੁਆਲੇ ਜਿਹੜੇ ਜੰਗਲੇ ਲੱਗਨੇ ਸੀ ਉਹ ਖਾ ਗਿਆ ਕੋਈ ਐਸਸੀ ਬੱਚਿਆਂ ਦੇ ਜਿਹੜੇ ਵਜ਼ੀਫੇ ਸੀਗੇ ਉਹ ਮੂਹ ਪਾ ਗਿਆ ਹੁਣ ਗੱਲ ਕਣਕ ਦੀ ਛਿੜੀ ਆ ਕਰੋੜਾਂ ਦੀ ਕਣਕ ਹੁਣ ਕਿਹਦੇ ਢਿੱਡ ਚ ਚਲੀ ਗਈ ਆ ਸੁਬਲੀਨ ਜਿਹੜੀਆਂ ਖਰੀਦ ਏਜੰਸੀਆਂ ਨੇ ਸਾਡੀਆਂ ਜਿਹੜੀਆਂ ਸਾਡੀਆਂ ਅਨਾਜ ਖਰੀਦਦੀਆਂ ਨੇ ਉਹਨਾਂ ਵਿੱਚੋਂ ਮਾਰਕ ਫੈਡ ਬੜਾ ਵਧੀਆ ਆਧਾਰ ਮੰਨਿਆ ਜਾਂਦਾ ਮਾਰਕ ਫੈਡ ਅਦਾਰੇ ਨੇ ਬਹੁਤ ਸਾਰਾ ਪਬਲਿਕ ਸੈਕਟਰ ਦੇ ਵਿੱਚ ਕੰਮ ਕੀਤਾ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਹ ਅਦਾਰਾ ਜਿਸ ਪੱਧਰ ਦਾ ਬਣ ਸਕਦਾ ਸੀ ਉਸ ਦਾ ਨਹੀਂ ਬਣ ਸਕਿਆ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਤੇ ਮਾਰਕ ਫੈਡ ਜੋ ਯੋਗਦਾਨ ਪੰਜਾਬ ਦੀ ਆਰਥਿਕਤਾ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ ਪਾ ਸਕਦਾ ਸੀ ਇਸ ਦਾ ਜਾਣ ਪੁੱਝ ਕੇ ਥੱਲਾ ਲਾਇਆ ਗਿਆ ਹੁਣ ਵਿਕ੍ਰਮ ਸਿੰਘ ਮਜੀਠੀਆ ਤੇ ਮੰਗ ਕਰ ਰਹੇ ਨੇ ਕਿ ਕੇਂਦਰ ਤੋਂ ਜਾਂਚ ਹੋਵੇ ਆ ਜਿਹੜਾ ਕੇਸ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹੂੰ ਇਹਦੇ ਜਿਹੜਾ ਸਾਲ ਦੇਖ ਲੈ ਉਹ ਤੇ ਫਿਰ ਤੁਸੀਂ ਫੈਸਲਾ ਕਰਿਓ ਕਿ ਇਹਦੀ ਜਾਂਚ ਕਿਸ ਕੋਲ ਹੋਣੀ ਚਾਹੀਦੀ ਆ ਵਿਜੀਲੈਂਸ ਬਿਊਰੋ ਐਸ ਵੇਲੇ ਬਿਜ਼ੀਐਸਟ ਅਦਾਰਾ ਹੈ ਪੰਜਾਬ ਦਾ ਬਹੁਤ ਬਿਜ਼ੀ ਨੇ ਦਿਨ ਰਾਤ ਦਾ ਵੇਲ ਨਹੀਂ ਪਤਾ ਨਹੀਂ ਕਿਹਨੂੰ ਕਿੱਥੇ ਫੜਨ ਜਾਣਾ ਪੈ ਜਾਣਾ ਹੂੰ ਰੋਜ਼ ਤੁਸੀਂ ਅਖਬਾਰਾਂ ਚੁੱਕ ਲਓ ਫੋਲੋ ਇੱਕ ਸਬ ਇੰਸਪੈਕਟਰ ਤੋਂ ਲੈ ਕੇ ਗਾਸਟਡ ਆਫੀਸਰ ਤੇ ਵੱਡੇ ਵੱਡੇ ਅਧਿਕਾਰੀਆਂ ਤੱਕ ਰੋਜ਼ ਔਸਤ 2 ਤੋਂ 3 ਅਧਿਕਾਰੀ ਫੜੇ ਜਾ ਰਹੇ ਨੇ ਜੀ ਹੁਣ ਬਿਜ਼ਨੈਸ ਬਿਊਰੋ ਨੇ ਬੁੱਧਵਾਰ ਨੂੰ ਇੱਕ ਪੁਰਾਣਾ ਜਿਹੜਾ ਇੱਕ ਕਪੜਾ ਉਸ ਨੂੰ ਉਜਾਗਰ ਕਰਦੇ ਹੋਏ ਸੀਨੀਅਰ ਬ੍ਰਾਂਚ ਅਧਿਕਾਰੀ ਮਾਰਕ ਫੈਟ ਦੇ ਜਿਹੜੇ ਨੇ ਰਾਜਵੀਰ ਬੈਂਸ ਉਹਨਾਂ ਨੂੰ ਅਰੈਸਟ ਕੀਤਾ ਉਹ ਦੋਸ਼ ਇਹ ਹੈ ਕਿ ਰਾਜਵੀਰ ਬੈਂਸ ਦੇ ਨਾਲ ਉਹਨਾਂ ਦੇ ਤਿੰਨ ਹੋਰ ਐਮ ਆਰ ਆਰ ਕੰਪਲੈਕਸ ਰਾਜਪੁਰਾ ਪਟਿਆਲਾ ਦੇ ਵਿੱਚ ਕਣਕ ਜਿਹੜੀ ਜਮ੍ਹਾਂ ਕੀਤੀ ਹੋਈ ਸੀ 6997 ਕੁਇੰਟਲ ਕਣਕ ਪਾਵ 12194 ਬੋਰੀਆਂ 50-50 ਕਿਲੋ ਦੀਆਂ ਉਹਨਾਂ ਦੀ ਹੀਰਾ ਫੇਰੀ ਕੀਤੀ ਐ ਤੇ ਉਹਨਾਂ ਨੂੰ ਗਵਨ ਕਰ ਦਿੱਤਾ ਗਾਇਬ ਕਰ ਦਿੱਤਾ ਤੇ ਚੂਨਾ ਕਿੰਨਾ ਲਗਾ ਸਰਕਾਰ ਨੂੰ 1 ਕਰੋੜ 24 ਲੱਖ 61 ਹਜ਼ਾਰ 658 ਰੁਪਏ ਦਾ ਤੇ ਇਹ ਪੈਸੇ ਕਿੱਥੇ ਗਏ ਤੇ ਕਣਕ ਕਿੱਥੇ ਗਈ ਹੁਣ ਸਾਰੀਆਂ ਧਾਰਾਵਾਂ ਕਾਨੂੰਨ ਦੀਆਂ ਇਕੱਠੀਆਂ ਕਰਕੇ ਜਿਸ ਵਿੱਚ 120 ਐ 409 ਐ 13 ਐ ਹੋਰ ਸਾਰੀਆਂ ਇਕੱਠੀਆਂ ਕਰਕੇ ਤੇ ਇਹਨਾਂ ਤੇ ਲਾ ਕੇ ਇਹਨਾਂ ਨੂੰ ਫੜਨ ਦੇ ਕੰਮ ਚੱਲ ਪਿਆ। ਰਾਜ ਵੀਰ ਸਿੰਘ ਬੈਂਸ ਫਰੀਦ ਖਾਨ ਨਿਗਰਾਨ ਕਸਟੋਡੀਅਨ ਜਿਹੜਾ ਉਹਦੇ ਸੇਲਜ਼ਮੈਨ ਦਲੇਰ ਸਿੰਘ ਨੇ ਇੱਕ ਅੱਧਾ ਕੋਈ ਹੋਰ ਐ। ਇਹ ਸਾਰੇ ਜਿਹੜੇ ਨੇ ਓਪਨ ਪਲੈਂਥ ਭਾਵ ਪਧਰੀ ਜਗ੍ਹਾ ਤੇ ਕਣਕ ਸਟਾਕ ਜਿਹੜੀ ਕੀਤੀ ਹੋਈ ਸੀ ਉਸ ਵਿੱਚ ਤਰਪਾਲਾ ਵਗੈਰਾ ਦਿੱਤੀ ਹੋਈਆਂ ਉੱਥੋਂ ਕਣਕ ਇਹਨਾਂ ਨੇ ਖਿਸਕਾ ਦਿੱਤੀ ਐ। ਆਪਣੇ ਬੋਝੇ ਭਰ ਲੈਨੇ ਤੇ ਇਹ ਹੁਣ ਕਾਨੂੰਨ ਦੀ ਗ੍ਰਿਫਤ ਵਿੱਚ ਨਹੀਂ ਇਹ ਇਹ ਐਫ ਆਈ ਆਰ ਪਹਿਲੀ ਜਿਹੜੀ 2016 ਚ ਦਰਜ ਹੋਈ ਸੀ ਇਹ ਅਕਾਲੀ ਰਾਜ ਦੇ ਵੇਲੇ ਜਾਂਚ ਤੁਰੀ ਨਹੀਂ ਅਗਲੇ 5-6 ਸਾਲ ਉੱਥੇ ਰੁਕੀ ਰਹੀ ਪਰ ਇਹ ਇਹ ਕਪੜਾ ਹੋਇਆ ਕਦੋਂ ਆ 2013 14 15 ਤੇ 16 ਇਹਨਾਂ ਸਾਲਾਂ ਦੇ ਵਿੱਚ ਇਹ ਕਪੜੇ ਹੋਏ ਨੇ 6097 ਕੁਇੰਟਲ ਦੀਆਂ ਕਣਕ ਦੀਆਂ ਬੋਰੀਆਂ ਕਿੱਥੇ ਗਈਆਂ ਤੇ ਇੰਨੀ ਜ਼ਿਆਦਾ ਬੋਰੀ ਚੁੱਕਣ ਲੱਗੀਆਂ ਕਿਸੇ ਨੂੰ ਕੰਨੋਂ ਕੰਨੀ ਖਬਰ ਕਿਉਂ ਨਾ ਹੋਏ ਜੀ ਇਸ ਗੱਲ ਦਾ ਹੈ ਜਵਾਬ ਕਿਸੇ ਕੋਲ ਕਣਕ ਨੂੰ ਕਿਸ ਤਰ੍ਹਾਂ ਸੰਭ ਕੇ ਰੱਖਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਇਹਦੇ ਬਾਰੇ ਕਈ ਵਾਰੀ ਸਰਕਾਰਾਂ ਇਹ ਕਹਿਣ ਲੱਗ ਪਈਆਂ ਸੀ ਨਾ ਕਿ ਕਣਕ ਬਹੁਤੀ ਇਸਦੀ ਪੈਦਾਵਾਰ ਕਰਨ ਦੀ ਲੋੜ ਨਹੀਂ ਹੋਰ ਚੀਜ਼ਾਂ ਵੀ ਜਵਾਬ ਵੀ ਦਿਓ ਆ ਕੋਵਿਡ ਦੀ ਮਹਾਮਾਰੀ ਨੇ ਦੁਨੀਆ ਨੂੰ ਦਿਖਾਇਆ ਕਿ ਇਸ ਅਨਾਜ ਦੀ ਕੀ ਹੈਮਤ ਹੈ ਜਦੋਂ ਇਸ ਤਰ੍ਹਾਂ ਦੀ ਐਮਰਜੈਂਸੀ ਸਿਚੁਏਸ਼ਨ ਆਉਂਦੀ ਹੈ ਕੀ ਪਤਾ ਕਰ ਲੂ ਕਿ ਇਹੋ ਜਿਹੇ ਹਾਲਾਤ ਪੈਦਾ ਹੋਣ ਜਿਸ ਕਰਕੇ ਇਹ ਜਿਹੜੇ ਸਾਡੇ ਬਫਰ ਸਟਾਕ ਨੇ ਪੰਜਾਬ ਦੇ ਵਿੱਚ ਇੰਨੇ ਵੱਡੇ ਵੱਡੇ ਨੇ ਮੋਗਾ ਹੈ ਹੋਰ ਨੇ ਉਹਨਾਂ ਦੀ ਕਦੋਂ ਤੇ ਕਿਵੇਂ ਲੋੜ ਪੈ ਜਾਵੇ ਤੇ ਇਹਨਾਂ ਨੂੰ ਸਾਹਮਣ ਦਾ ਗਾਰਡ ਕਰਨ ਦਾ ਇੱਕ ਤੌਰ ਤਰੀਕਾ ਹੁੰਦਾ ਹੈ ਤੇ ਇਹ 12000 ਬੋਰੀ ਕਿੱਥੇ ਗਈ ਕਮਾਲ ਦੀ ਗੱਲ ਹੈ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਇਹ ਜਗ ਜाहਰ ਹੈ ਗੱਲ ਕਿ ਜਦੋਂ ਮੰਡੀ ਦੇ ਵਿੱਚੋਂ ਬੋਰੀ ਦੇ ਵਿੱਚ ਪੈਕ ਹੋ ਕੇ ਕੋਈ ਕਣਕ ਆਉਂਦੀ ਹੈ ਗੋਦਾਮਾਂ ਦੇ ਵਿੱਚ ਲੱਗ ਜਾਂਦੀ ਹੈ ਫਿਰ ਉਸ ਵਿੱਚੋਂ ਕਣਕ ਚੋਰੀ ਕੀਤੀ ਜਾਂਦੀ ਹੈ ਕਣਕ ਚੋਰੀ ਕਰਕੇ ਉਸ ਵਿੱਚੋਂ ਕੱਢ ਕੇ ਹਰੇਕ ਬੋਰੀ ਦੇ ਵਿੱਚੋਂ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਵੱਖਰੀਆਂ ਬੋਰੀਆਂ ਭਰ ਕੇ ਵੇਚੀਆਂ ਜਾਂਦੀਆਂ ਨੇ ਫਿਰ ਜਦੋਂ ਬਰਸਾਤ ਆਉਂਦੀ ਹੈ ਤੇ ਕਣਕ ਜਿਹੜੀ ਹੈ ਮੋਇਸਚਰ ਗੇਨ ਕਰਦੀ ਹੈ ਤੇ ਆਪਣੇ ਆਪ ਬਜਨ ਉਸ ਦਾ ਵੱਧ ਕੇ ਬਰਾਬਰ ਹੋ ਜਾਂਦਾ ਜੇ ਨਹੀਂ ਹੁੰਦਾ ਤੇ ਪਾਈਪਾਂ ਨਾਲ ਪਾਣੀ ਲਾ ਲਾ ਕੇ ਪਾ ਪਾ ਕੇ ਬੁਰੀਆਂ ਦੇ ਉੱਪਰ ਵਜਨ ਪੂਰਾ ਕਰਦੇ ਮੈਂ ਖੁਦ ਵੇਖੇ ਹੋਏ ਨੇ ਗੋਦਾਮਾਂ ਵਾਲੇ ਇਸ ਤਰ੍ਹਾਂ ਤੇ ਖਾਧਾ ਜਾ ਰਿਹਾ ਸਾਡੇ ਮੁਲਕ ਨੂੰ ਸੋ ਇਹ ਬਦਕਿਸਮਤੀ ਦੀ ਗੱਲ ਹੈ ਕਿ ਇੱਕ ਪਾਸੇ ਤੇ ਅਸੀਂ ਬਿਸ਼ਪ ਗੁਰੂ ਬਣਨ ਦੀਆਂ ਗੱਲਾਂ ਕਰਦੇ ਆ ਤੇ ਦੂਸਰੇ ਪਾਸੇ ਆ ਜਿਹੜੀਆਂ ਅਸੀਂ ਦੋ ਮੁੱਦੇ ਹੁਣ ਵਿਚਾਰੇ ਨੇ ਨਿਰੇ ਹੀ ਭ੍ਰਿਸ਼ਟਾਚਾਰ ਨਾਲ ਸੰਬੰਧਤ ਤੇ ਇਸ ਤਰ੍ਹਾਂ ਦੀਆਂ ਨਕਮੀਆਂ ਗੱਲਾਂ ਨੇ ਜਿਨ੍ਹਾਂ ਦੇ ਚਲਦਿਆਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੇ ਨੌਜਵਾਨ ਬੱਚੇ ਬੱਚੀਆਂ ਕੋਈ ਚੰਗੀ ਨੌਕਰੀ ਪ੍ਰਾਪਤ ਕਰ ਸਕਣਗੇ ਤੇ ਅਸੀਂ ਮੂੰਹ ਪਾੜ ਕੇ ਕਹਿ ਦਿੰਦੇ ਕਿ ਵਿਦੇਸ਼ਾਂ ਨੂੰ ਨਾ ਜਾਣਾ ਨਾ ਕਰਨ ਔਰ ਨਾ ਕਰਨ। ਉਹਨਾਂ ਉਹਨਾਂ ਲਈ ਛੱਡਿਆ ਕੀ ਹੈ ਅਸੀਂ? ਲੈਗੇਸੀ ਦੇ ਵਿੱਚ ਕੀ ਛੱਡ ਕੇ ਜਾ ਰਹੇ ਅਸੀਂ? ਇੱਕ ਦਿ ਅਸੀਂ ਬਹੁਤ ਗੌਰ ਨਹੀਂ ਕਰਦੇ ਜਿਨ੍ਹਾਂ ਜਿਸ ਦਾ ਚਲਦਾ ਹੈ ਨਾ ਕੁਝ ਇਮਾਨਦਾਰ ਲੋਕਾਂ ਨੂੰ ਛੱਡ ਕੇ ਜਿੰਨੀ ਚਲਦੀ ਹੈ ਕਿਸੇ ਦੀ ਉਹ ਰੱਜ ਕੇ ਖਾ ਰਿਹਾ। ਦੇਖਾਣ ਦੀਆਂ ਸਕੀਮਾਂ ਦਿਨੋ ਦਿਨ ਨਵੀਆਂ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਜੀ ਸੋ ਇੱਕ ਟਣਕ ਖਾ ਗਏ ਨੇ ਅਧਿਕਾਰੀ ਇਹ ਪਹਿਲੀ ਤੇ ਆਖਰੀ ਘਟਨਾ ਨਹੀਂ ਇਹ ਵੀ ਮੈਂ ਦੱਸ ਦੇਵਾਂ ਇਹ ਜਿਹੜੇ ਗਵਰਨ ਤੇ ਕਪੜੇ ਦੀ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਾ ਤੇ ਪਹਿਲੀ ਤੇ ਆਖਰੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਹੋਵੇਗਾ ਗਾਂ ਵੀ ਹੋਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਹ ਵੀ ਮੈਂ ਦੱਸ ਦੇਵਾਂ ਕਿ ਇਹ ਸਿਰਫ ਇਹ ਸਾਨੂੰ ਲੱਗਦਾ ਹੈ ਕਿ 8000 ਕੁਇੰਟਲ ਨੇ ਇਹ ਬਹੁਤ ਛੋਟਾ ਕਿਣਕਾ ਮਾਤਰ ਇੱਕ ਇਹ ਇਹ ਕਪੜਾ ਹੈ ਬਹੁਤ ਵੱਡੇ ਵੱਡੇ ਹਜ਼ਾਰਾਂ ਕਰੋੜਾਂ ਦੇ ਕਪੜੇ ਇਸ ਤੋਂ ਪਹਿਲਾਂ ਹੋ ਚੁੱਕੇ ਨੇ ਜਿਨ੍ਹਾਂ ਦੇ ਬਾਰੇ ਕੋਈ ਉਗਸੋਗ ਵੀ ਨਹੀਂ ਨਿਕਲਦੀ ਤੇ ਕਲੀਨ ਚਿੱਟਾ ਜੇਬ ਚ ਪਾ ਕੇ ਘੁੰਮਦੇ ਹੋਏ ਸਾਡੇ ਪੁਰਾਣੇ ਆਗੂ ਜਿਸ ਨਾਲ ਵੀ ਸਾਂਝ ਪੈਂਦੀ ਸੀ ਜਿੱਧਰੋਂ ਹਿੱਸਾ ਮਿਲਦਾ ਸੀ ਉਹਨੂੰ ਕਲੀਨ ਚਿੱਟ ਕੱਟ ਕੇ ਫੜਾ ਦਿੱਤੀ ਜਾਂਦੀ ਸੀ ਇਹ ਕੰਮ ਰੁਕਣਾ ਚਾਹੀਦਾ ਸਾਡਾ ਸੋਹਣਾ ਪੰਜਾਬ ਸਾਡਾ ਸੋਹਣਾ ਦੇਸ਼ ਬਚੇ ਇਹ ਕਣਕ ਉਸੇ ਦੇ ਮੂੰਹ 'ਤੇ ਜਾਵੇ ਜਿਸ ਨੂੰ ਜ਼ਿਆਦਾ ਲੋੜ ਹੈ ਜੀ ਤੇ ਇਹ ਵੱਡੇ ਟੇਡਾਂ ਵਾਲੇ ਖਾਣਾ ਜਾਣ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਪਏਗਾ